ਜਿਹੜੀਆਂ ਗਲੀਆਂ ਪਹਿਲੇ ਬਣੀਆਂ ਪਈਆਂ ਸੀਗੀਆਂ ਉਹਨਾਂ ਨੂੰ ਬਣਾਉਣ ਦੀ ਜ਼ਰੂਰਤ ਨਹੀਂ ਸੀ, ਇਹਨਾਂ ਨੂੰ ਕੋਈ ਵੀ ਜ਼ਰੂਰਤ ਨਹੀਂ ਸੀ, ਉਹਨਾਂ ਨੂੰ ਦੁਬਾਰਾ ਤੋਂ ਬਣਾਇਆ ਗਿਆ। ਜਿਹੜੀਆਂ ਬਣਾਉਣ ਵਾਲੀਆਂ ਸੀ ਉਹਨਾਂ ਨੂੰ ਬਣਾਇਆ ਨਹੀਂ ਗਿਆ ਅਜੇ ਤੱਕ ਵੀ। ਦੇਖ ਹੀ ਰਹੇ ਨਾਲੀਆਂ ਦਾ ਹਾਲ, ਗਲੀਆਂ ਦਾ ਦੇਖੋ, ਉੱਚੀਆਂ ਨੀਵੀਆਂ ਇੱਟਾਂ ਲੱਗੀਆਂ ਹੋਈਆਂ ਨੇ। ਗਲੀ ਬਹੁਤ ਸੋਹਣੀ ਬਣੀ ਸੀ, ਪਹਿਲਾਂ ਖਰਾਬ ਕਰਕੇ ਰੱਖ ਦਿੱਤੀ। ਸਾਨੂੰ ਤਾਂ ਕੁਛ ਦੱਸਦੇ ਨਹੀਂ, ਮੈਂ ਤਾਂ ਇੱਕ ਮੈਂਬਰ ਵੀ ਹਾਂ। ਪੰਚਾਇਤ ਮੈਂਬਰ ਹੋ ਤੁਸੀਂ? ਹਾਂਜੀ ਹਾਂਜੀ। ਅੱਛਾ ਜੀ। ਸਾਨੂੰ ਕੁਛ ਪਤਾ ਨਹੀਂ ਹੈਗਾ ਇਹਦੇ ਬਾਰੇ। ਸਾਨੂੰ ਕਹਿੰਦੇ ਸੀਗੇ ਵੀ ਤੁਹਾਡਾ ਮਤਾ ਪਾਵਾਂ, ਸਾਡੀ ਗ੍ਰਾਂਟ ਨਹੀਂ ਆਈ ਹੈਗੀ, ਤੁਹਾਡਾ ਮਤਾ ਨਹੀਂ ਪਾਸ ਹੋਇਆ ਅਜੇ ਤੱਕ। ਜਿਨ੍ਹਾਂ ਦਾ ਮਤਾ ਪਾਸ ਹੋਇਆ ਆ ਉਹਨਾਂ ਨੂੰ ਪਹਿਲੇ ਗਲੀਆਂ ਬਣੀਆਂ, ਅਜੇ ਤੱਕ ਜਿਹੜੀਆਂ ਪੁੱਟੀਆਂ ਪਈਆਂ ਉਹ ਵੀ ਨਹੀਂ ਬਣੀਆਂ ਅਜੇ ਤੱਕ। ਇਹਨਾਂ ਨੇ ਕਹਿੰਦਾ ਮਤਲਬ ਆਪਣੇ ਨਿਆਣਿਆਂ ਤੋਂ ਲੈ ਕੇ ਸਿਆਣਿਆਂ ਤੱਕ ਆਪਣੇ ਜਿਹੜੇ ਹੈਗੇ ਆ, ਇਹਨਾਂ ਨੇ ਦਿਹਾੜੀਆਂ ਦੇ ਮਤੇ ਪੈਸੇ ਪਵਾਏ ਪਏ ਆ ਖਾਤਿਆਂ 'ਚ। ਜੋ ਇੱਥੇ ਕਹਿੰਦਾ ਮਤਲਬ ਕਿਸੇ ਨੇ ਦਿਹਾੜੀ ਨਹੀਂ ਲਾਈ, ਕੋਈ ਕੁਛ ਨਹੀਂ ਹੈ, ਇਹ ਸਾਰੇ ਖਾਧੇ ਗਏ ਆ ਪੈਸੇ। ਇਹ ਵੀ ਗਲੀ ਬਣ ਜਾਣੀ ਜੇ ਮੌਸਮ ਖੁੱਲ੍ਹਾ ਹੋਏ, ਅਤੇ ਇਹ ਹੁਣ ਤੱਕ ਬਣ ਵੀ ਜਾਣੀ ਸੀ। ਮੌਸਮ ਦਾ ਖਰਾਬਾ ਉਸ 'ਚ ਤਾਂ ਸਾਡਾ ਕੋਈ ਜ਼ੋਰ ਨਹੀਂ। ਤਸਵੀਰਾਂ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਪੈਂਦੇ ਮੁਕੇਰੀਆਂ ਦੇ ਪਿੰਡ ਕੋਟਲੀ ਖਾਸ ਦੀਆਂ ਨੇ। ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਵਿਵਾਦ ਛਿੜਿਆ ਹੋਇਆ। ਲੋਕਾਂ ਦਾ ਇਲਜ਼ਾਮ ਹੈ ਕਿ ਸਰਪੰਚ ਵੱਲੋਂ ਪੱਖਪਾਤੀ ਤਰੀਕੇ ਦੇ ਨਾਲ ਪਿੰਡ 'ਚ ਕੰਮ ਕਰਵਾਏ ਜਾ ਰਹੇ ਨੇ। ਇਸ ਦੇ ਨਾਲ ਹੀ ਉਹਨਾਂ ਨੇ ਸਰਕਾਰ ਵੱਲੋਂ ਆਈਆਂ ਗ੍ਰਾਂਟਾਂ 'ਚ ਵੀ ਕਪੜੇਬਾਜ਼ੀ ਦੇ ਇਲਜ਼ਾਮ ਲਗਾਏ। ਪਿੰਡ ਵਾਸੀਆਂ ਨੇ ਕਿਹਾ ਕਿ ਸਰਪੰਚ ਵੱਲੋਂ ਕਥਿਤ ਤੌਰ 'ਤੇ ਹੇਰਾਫੇਰੀ ਕਰਨ ਲਈ ਨਵੀਆਂ ਗਲੀਆਂ ਨੂੰ ਉਧੇੜ ਕੇ ਉਹਨਾਂ 'ਤੇ ਦੁਬਾਰਾ ਇੰਟਰਲੋਕ ਟਾਈਲਾਂ ਲਗਾਈਆਂ ਗਈਆਂ, ਅਤੇ ਇਹਨਾਂ ਟਾਈਲਾਂ ਦੀ ਕੁਆਲਿਟੀ ਵੀ ਘਟੀਆ ਕਿਸਮ ਦੀ ਹੈ। ਮੈਂ ਇਹੀ ਕਹਿਣਾ ਚਾਹੁੰਦਾ, ਜਿਹੜੀਆਂ ਗਲੀਆਂ ਪਹਿਲੇ ਬਣੀਆਂ ਪਈਆਂ ਸੀਗੀਆਂ ਉਹਨਾਂ ਨੂੰ ਬਣਾਉਣ ਦੀ ਜ਼ਰੂਰਤ ਨਹੀਂ ਸੀ, ਇਹਨਾਂ ਨੂੰ ਕੋਈ ਵੀ ਜ਼ਰੂਰਤ ਨਹੀਂ ਸੀ, ਉਹਨਾਂ ਨੂੰ ਦੁਬਾਰਾ ਤੋਂ ਬਣਾਇਆ ਗਿਆ। ਜਿਹੜੀਆਂ ਬਣਾਉਣ ਵਾਲੀਆਂ ਸੀ ਉਹਨਾਂ ਨੂੰ ਬਣਾਇਆ ਨਹੀਂ ਗਿਆ ਅਜੇ ਤੱਕ ਵੀ, ਕਦੀ ਵੀ ਨਹੀਂ ਬਣਾਇਆ ਉਹਨੇ, ਕਦੀ ਦੇਖਿਆ ਹੀ ਨਹੀਂ ਗਾ। ਜਿੱਥੋਂ ਪੈਸਾ ਵੱਜਦਾ ਆ ਉੱਧਰ ਨੂੰ ਕੰਮ ਕਰਦੇ ਆ, ਦੂਸਰੇ ਪਾਸੇ ਕੰਮ ਨਹੀਂ ਕਰਦੇ ਕੋਈ ਵੀ, ਨਜਾਇਜ਼ ਕੰਮ ਕਰਦੇ ਆ ਜਿਹੜੇ ਕਹਿੰਦੇ, ਮਤਲਬ ਜਾਇਜ਼ ਕੰਮ ਹੈਗਾ ਉਹ ਕਰਦੇ ਹੀ ਨਹੀਂ ਹੈਗੇ। ਇਹਨਾਂ ਨੇ ਕਦੀ ਦੇਖਿਆ ਹੀ ਨਹੀਂ ਹੈ ਵੀ ਪਿੰਡ ਦਾ ਜਿਹੜੇ ਕਿਹੜੀ ਗਲੀ ਬਣਨ ਵਾਲੀ ਹੈ ਜਾਂ ਕਿਹੜੀ ਨਹੀਂ ਬਣਨ ਵਾਲੀ, ਨਾਲੀ ਬਣਨ ਵਾਲੀ ਹੈ ਜਿਹੜੀ ਨਹੀਂ ਬਣਨ ਵਾਲੀ, ਇਹਨਾਂ ਨੇ ਕਦੀ ਦੇਖਿਆ ਹੀ ਨਹੀਂ ਗਾ। ਆਪੂ ਜਾ ਕੇ ਸਾਨੂੰ ਕਹਿੰਦਾ ਵੀ ਤੁਹਾਡਾ ਮਤਾ ਪਾਵਾਂਗੇ, ਮਤਾ ਪਾਵਾਂਗੇ, ਸਾਡਾ ਕਦੀ ਮਤਾ ਹੀ ਨਹੀਂ ਪਾਇਆ ਜਦੋਂ ਤੋਂ ਅਜੇ ਤੱਕ ਇਲੈਕਸ਼ਨ ਹੋਏ ਆ। ਕੌਣ ਕਹਿੰਦਾ ਜੀ ਇਹ ਗੱਲ? ਸਰਪੰਚ? ਸਰਪੰਚ ਸਾਹਿਬ ਕਹਿੰਦੇ ਸੀ। ਕੀ ਨਾਮ ਹੈ ਜੀ ਉਹਨਾਂ ਦਾ? ਮੇਹਰ ਮੇਹਰ ਸਿੰਘ। ਠੀਕ ਹੈ ਜੀ। ਕੀ ਕਹਿੰਦੇ ਸੀ ਤੁਹਾਨੂੰ? ਸਾਨੂੰ ਕਹਿੰਦੇ ਸੀਗੇ ਵੀ ਤੁਹਾਡਾ ਮਤਾ ਪਾਵਾਂਗੇ, ਸਾਡੀ ਗ੍ਰਾਂਟ ਨਹੀਂ ਆਈ ਹੈਗੀ, ਤੁਹਾਡਾ ਮਤਾ ਨਹੀਂ ਪਾਸ ਹੋਇਆ ਅਜੇ ਤੱਕ। ਜਿਨ੍ਹਾਂ ਦਾ ਮਤਾ ਪਾਸ ਹੋਇਆ ਆ ਉਹਨਾਂ ਨੂੰ ਪਹਿਲੇ ਗਲੀਆਂ ਬਣੀਆਂ, ਅਜੇ ਤੱਕ ਜਿਹੜੀਆਂ ਪੁੱਟੀਆਂ ਪਈਆਂ ਉਹ ਵੀ ਨਹੀਂ ਬਣੀਆਂ ਅਜੇ ਤੱਕ। ਠੀਕ ਹੈ। ਜਿਹੜੀਆਂ ਬੇਨਜਾਇਜ਼ ਪਹਿਲੇ ਬਣੀਆਂ ਪਈਆਂ ਪੱਕੀਆਂ ਗਲੀਆਂ ਸੀਗੀਆਂ, ਰੇਤਾ ਪਈ ਪਈ ਸੀ, ਸਾਰਾ ਕੁਝ ਕੰਕਰੀਟ ਪਿਆ ਪਿਆ ਸੀਗਾ, ਉਹਨਾਂ ਨੂੰ ਬਾਰ ਬਾਰ ਜਿਹੜਾ ਆ ਉਹਨਾਂ ਨੂੰ ਦੁਬਾਰਾ ਦੁਬਾਰਾ ਤੋਂ ਬਣਾਈ ਜਾ ਰਹੇ, ਉਸਾਰੀ ਕਰੀ ਜਾ ਰਹੇ ਆ ਉਹਨਾਂ ਦੀ। ਠੀਕ ਹੈ। ਤੇ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕੀ ਕਰਨਾ ਚਾਹੁੰਦੇ ਹੋ? ਜਿਹੜੀਆਂ ਬਣਾਉਣ ਵਾਲੀਆਂ ਆ ਉਹਨਾਂ ਨੂੰ ਬਣਾਇਆ ਜਾਏ ਨਾ, ਜਿਹੜੀਆਂ ਦੂਸਰੀਆਂ ਬਣੀਆਂ ਪਈਆਂ ਉਹਨਾਂ ਨੂੰ ਕਿਉਂ ਬਣਾਈ ਜਾ ਰਹੇ ਹੋ? ਉਹਨਾਂ ਦਾ ਸਾਨੂੰ ਕਹਿੰਦਾ ਮਤਲਬ ਉੱਧਰ ਦੇਖੋ ਨਾ, ਜਿਹੜੀਆਂ ਬਣਨ ਵਾਲੀਆਂ ਸਾਡੀਆਂ, ਅਸੀਂ ਕਈ ਵਾਰੀ ਡਿੱਗੇ ਆ ਉੱਥੇ ਗਲੀਆਂ 'ਚ, ਦੇਖੋ ਸਾਡੇ ਚਿੱਕੜ ਕਿੰਨਾ ਹੁੰਦਾ ਆ, ਅਸੀਂ ਕਈ ਵਾਰੀ ਡਿੱਗੇ ਆ, ਮਾਤਾ ਡਿੱਗੀ ਆ, ਮੈਂ ਡਿੱਗਿਆ ਆ, ਮੈਂ ਹੈਂਡੀਕੈਪ ਹੈਗਾ ਆ, ਸਿੱਧੀ ਗੱਲ ਮੈਂ ਤੁਹਾਨੂੰ ਕਈ ਵਾਰੀ ਕਹਿ ਚੁੱਕਿਆ ਪ੍ਰਸ਼ਾਸਨ, ਅਸੀਂ ਕਿੱਥੇ ਜਾਈਏ। ਤੁਸੀਂ ਸਰਪੰਚ ਨਾਲ ਨਹੀਂ ਇਸ ਦੇ ਬਾਰੇ ਕਦੀ ਗੱਲਬਾਤ ਕੀਤੀ? ਬੜੀ ਵਾਰੀ ਗੱਲ ਕਰ ਚੁੱਕੇ ਆ। ਤੇ ਕੀ ਕਹਿਣਾ ਅੱਗੇ ਉਹਨਾਂ ਦਾ? ਉਹਨਾਂ ਦਾ ਕਹਿਣਾ ਇਹੀ ਹੁੰਦਾ ਜੀ, ਬਸ ਬਣ ਜਾਣੀ ਆ ਤੁਹਾਡੀ, ਬਸ ਜਦੋਂ ਉੱਧਰ ਕੰਮ ਲੱਗੂਗਾ ਤੁਹਾਡੇ ਵੀ ਹੋ ਜਾਣਾ ਆ। ਠੀਕ ਹੈ। ਤੇ ਨਾ ਕਰਾਏ ਗਏ ਆ ਇਹਨਾਂ ਨੇ ਕਹਿੰਦਾ ਮਤਲਬ ਆਪਣੇ ਨਿਆਣਿਆਂ ਤੋਂ ਲੈ ਕੇ ਸਿਆਣਿਆਂ ਤੱਕ ਆਪਣੇ ਜਿਹੜੇ ਹੈਗੇ ਆ, ਇਹਨਾਂ ਨੇ ਦਿਹਾੜੀਆਂ ਦੇ ਮਤੇ ਪੈਸੇ ਪਵਾਏ ਪਏ ਆ ਖਾਤਿਆਂ 'ਚ। ਜੋ ਇੱਥੇ ਕਹਿੰਦਾ ਮਤਲਬ ਕਿਸੇ ਨੇ ਦਿਹਾੜੀ ਨਹੀਂ ਲਾਈ, ਕੋਈ ਕੁਛ ਨਹੀਂ ਹੈ, ਇਹ ਸਾਰੇ ਖਾਧੇ ਗਏ ਆ ਪੈਸੇ। ਜੋ ਇੱਧਰ ਜੇ ਚਾਹੁੰਦੇ ਤਾਂ ਇੱਧਰ ਕੰਮ ਹੋ ਸਕਦਾ ਸੀਗਾ, ਸਾਡੀਆਂ ਗਲੀਆਂ ਦਾ ਹੋ ਜਾਂਦਾ, ਜਿਹੜੀਆਂ ਆਪਣੇ ਨਿਆਣਿਆਂ ਦੀਆਂ ਦਿਹਾੜੀਆਂ ਪਵਾਈਆਂ ਜਾਂ ਉੱਧਰ ਬਜ਼ੁਰਗਾਂ ਦੀਆਂ ਪਵਾਈਆਂ, ਹੋਰਨਾਂ ਦੀਆਂ, ਆਪਣੇ ਭਰਾਵਾਂ ਦੀਆਂ, ਭੈਣਾਂ ਦੀਆਂ, ਜਿਹੜੀਆਂ ਪਵਾ ਦੀਆਂ ਇਹਨਾਂ ਨੇ, ਕੋਈ ਇਹਨਾਂ ਦੀ ਲੋੜ ਹੀ ਨਹੀਂ ਸੀ ਬਿਨਾਂ ਮਤਬਲ ਤੋਂ ਪਵਾਈਆਂ ਗਈਆਂ। ਇੱਕ ਸਾਡੀ ਜਿਹੜੀ ਚਲਾਈ ਹੈ ਤਾਂ ਪੱਕੀਆਂ ਗਲੀਆਂ ਸੀ। ਹਾਂਜੀ। ਇਹ ਥੱਲੇ ਕੋਈ ਸੀਮਨ ਨਹੀਂ ਲਾਇਆ, ਅਜਿਸਟਾ ਪਾ ਕੇ ਉਹਨਾਂ ਨੇ ਚਲਾ, ਇਹ ਖੜ ਖੜ ਕਰਦੀ ਹੈ ਕਿਸੇ ਨਾਈ ਨੂੰ। ਠੀਕ ਹੈ। ਇਹਨੂੰ ਪੁੱਛ ਕੇ ਬਣਾਈ ਹੈ ਦੁਬਾਰਾ। ਪਹਿਲਾਂ ਕਾਹਦੀ ਬਣੀ ਹੋਈ ਹੈ ਗਲੀ? ਹੈ ਪਹਿਲਾਂ ਕੈਂਕਰ ਦੀ ਬਣੀ ਜੀ। ਪੱਕੀ ਗਲੀ ਬਣੀ? ਪੱਕੀ ਬਣੀ ਜੀ। ਠੀਕ ਹੈ ਜੀ। ਇਹ ਗਲੀ ਖਰਾਬ ਹੋ ਚੁੱਕੀ ਸੀ ਤਾਂ ਬਣਾਈ ਹੈ ਨਵੀਂ? ਨਹੀਂ ਜੀ, ਇਹਨਾਂ ਨੇ ਉਸ ਦਿਨ ਨਵੀਂ ਉਹ ਪੱਕੀ ਠੀਕ ਸੀ, ਉਹਦੇ ਉੱਤੇ ਚਲਾਈ, ਇਹਨਾਂ ਗਲੋਟਨ ਕੋਈ ਵੀ ਕੀਤੀ ਹੈ। ਠੀਕ ਹੈ। ਅਤੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ? ਹਾਂਜੀ, ਇਹ ਕਰਨਾ ਵੀ ਇਹਨੂੰ ਪੁੱਟ ਕੇ ਦੁਬਾਰਾ ਬਣਾਈਏ। ਹਾਂਜੀ, ਕੀ ਨਾਮ ਹੈ ਤੁਹਾਡਾ? ਰਵਿੰਦਰ ਕੌਰ। ਠੀਕ ਹੈ ਜੀ। ਤੇ ਜਿਹੜੇ ਅੱਜ ਤੁਸੀਂ ਇੰਨੇ ਜਾਣੇ ਇਕੱਠੇ ਹੋਏ ਹੋ, ਕੀ ਪ੍ਰੋਬਲਮ ਕੀ ਆ ਰਹੀ ਤੁਹਾਨੂੰ? ਪ੍ਰੋਬਲਮ ਤੁਸੀਂ ਦੇਖ ਹੀ ਰਹੇ ਨਾਲੀਆਂ ਦਾ ਹਾਲ, ਗਲੀਆਂ ਦਾ ਦੇਖੋ, ਉੱਚੀਆਂ ਨੀਵੀਆਂ ਇੱਟਾਂ ਲੱਗੀਆਂ ਹੋਈਆਂ ਨੇ। ਗਲੀ ਬਹੁਤ ਸੋਹਣੀ ਬਣੀ ਸੀ, ਪਹਿਲਾਂ ਖਰਾਬ ਕਰਕੇ ਰੱਖ ਦਿੱਤੀ। ਸਾਨੂੰ ਤਾਂ ਕੁਛ ਦੱਸਦੇ ਨਹੀਂ, ਮੈਂ ਤਾਂ ਇੱਕ ਮੈਂਬਰ ਵੀ ਹਾਂ। ਪੰਚਾਇਤ ਮੈਂਬਰ ਹੋ ਤੁਸੀਂ? ਹਾਂਜੀ ਹਾਂਜੀ। ਅੱਛਾ ਜੀ। ਸਾਨੂੰ ਕੁਛ ਪਤਾ ਨਹੀਂ ਹੈਗਾ ਇਹਦੇ ਬਾਰੇ ਵੀ ਕੀ ਕਰਦੇ ਆ ਕੀ ਨਹੀਂ, ਕਿੱਥੋਂ ਇੱਟ ਲਿਆਉਂਦੇ ਆ, ਕੀ ਕਰਦੇ ਆ, ਕੋਈ ਸਲਾਹ ਨਹੀਂ ਸਾਡੀ। ਇਹ ਜਦੋਂ ਵੀ ਕੋਈ ਕੰਮ ਕਰਦਾ ਸਰਪੰਚ, ਮਤਲਬ ਤੁਹਾਡੀ ਸਲਾਹ ਨਹੀਂ ਲੈਂਦਾ ਕੋਈ? ਨਹੀਂ, ਕਦੇ ਵੀ ਪੁੱਛਿਆ। ਅੱਛ
ਕਾਰਵਾਈ ਜੇ ਤੁਸੀਂ ਸਾਈਨ ਕਰਦੇ ਹੋ ਉਹ ਕਿੱਦਾਂ ਕਰ ਦਿੰਦੇ ਹੋ? ਸਾਈਨ ਹੋਏ ਹੋਣਗੇ ਥੋੜੇ ਬਹੁਤ ਪਰ ਬਾਕੀ ਤਾਂ ਨੇ ਜਾਲੀ ਕੀਤੇ। ਜਾਲੀ ਸਾਈਨ ਕੀਤੇ ਗਏ ਸਰਪੰਚ ਵੱਲੋਂ? ਹਾਂਜੀ ਠੀਕ ਹੈ। ਤੇ ਕੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਅਸੀਂ ਤਾਂ ਇਹ ਮੰਗ ਕਰਦੇ ਹਾਂ ਕਿ ਕੀ ਆਪਣੀ ਬਣਦੀ ਕਾਰਵਾਈ ਕੀਤੀ ਜਾਏ। ਸਰਪੰਚ ਨੇ ਪਿੰਡ ਵਾਸੀਆਂ ਵੱਲੋਂ ਲਗਾਏ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ। ਉਹਨਾਂ ਦੱਸਿਆ ਕਿ ਮੀਂਹ ਪੈਣ ਕਾਰਨ ਗਲੀ ਬਣਾਉਣ ਦਾ ਕੰਮ ਰੁਕਿਆ ਪਿਆ ਸੀ, ਮੌਸਮ ਸਾਫ਼ ਹੁੰਦੇ ਹੀ ਦੁਬਾਰਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਜੀ ਸਰਪੰਚ ਸਾਹਿਬ, ਆ ਜਿਹੜੇ ਪਿੰਡ ਦੇ ਲੋਕ ਅੱਜ ਤੁਹਾਡੇ ਤੋਂ ਆਏ ਆ, ਆਪਣੀ ਕੀ ਮੰਗ ਲੈ ਕੇ ਆਏ? ਦੱਸੋ, ਜਿਹੜੀ ਮੰਗ ਆ ਪੂਰੀ ਕੀਤੀ ਜਾਵੇਗੀ। ਨਹੀਂ, ਉਹ ਦੱਸਦੇ ਪਏ ਆ ਜੀ ਵੀ ਇੱਕ ਗਲੀ ਆ ਸਾਡੀ, ਅੱਜ ਤੋਂ 2.5 ਸਾਲ ਪਹਿਲਾਂ ਪੁੱਟੀ ਹੋਈ ਆ ਸਰਪੰਚ ਸਾਹਿਬ ਨੇ, ਅਤੇ ਉਹ ਨਾ ਹੀ ਨਵੀਂ ਬਣਾ ਰਹੇ ਹੋ, ਅਤੇ ਉੱਥੇ ਲੋਕਾਂ ਨੂੰ ਬਹੁਤ ਦਿੱਕਤ ਆ ਰਹੀ ਆ। ਜਦੋਂ ਬਰਸਾਤ ਦਾ ਮੌਸਮ ਹੁੰਦਾ ਹੀ ਉਹ ਕਈਆਂ ਲੋਕਾਂ ਦੇ ਬੀਬੀਆਂ ਦੇ ਸੱਟਾਂ ਲੱਗਦੀਆਂ, ਉੱਥੇ ਚਿੱਕੜ ਬੜਾ ਹੋਇਆ ਹੋਇਆ, ਅਤੇ ਤੁਸੀਂ ਦੱਸੋ ਇਹਨਾਂ ਦਾ ਹੱਲ ਕਿੱਦਾਂ ਹੋਏਗਾ? ਗਲੀ ਹੈ ਜਿਹੜੀ ਆ ਮਨਜ਼ੂਰ ਹੋ ਚੁੱਕੀ ਆ, ਮਤਾ ਪਾ ਦਿੱਤੇ ਆ। ਮੌਸਮ ਜ਼ਰਾ ਖਰਾਬ ਚੱਲ ਰਿਹਾ 1-1.5 ਮਹੀਨੇ ਤੋਂ, ਜਦੋਂ ਮੌਸਮ ਖੁੱਲ੍ਹ ਗਿਆ ਇਹ ਗਲੀ ਦਾ ਕੰਮ ਸ਼ੁਰੂ ਹੋ ਜਾਵੇਗਾ। ਅਤੇ ਤੁਸੀਂ ਮਨਜ਼ੂਰੀ ਲੈ ਕੇ ਪੁੱਟੀ ਹੋਈ ਹੈ ਜੀ ਗਲੀ? ਬਿਲਕੁਲ ਬਿਲਕੁਲ ਠੀਕ ਹੈ ਜੀ। ਅਤੇ ਇਹ ਬਣਾਉਣ ਨੂੰ ਉਦੋਂ ਹੀ ਬਣਾਉਣ ਨੂੰ ਪੁੱਟੀ ਹੋਈ, ਅਸੀਂ ਮਿੱਟੀ ਪਾ ਕੇ ਥੱਲੇ ਕਾਫੀ ਉੱਤੇ ਕਰਕੇ ਬਣਾਉਣੀ ਸ਼ੁਰੂ ਵੀ ਕਰ ਦਿੱਤੀ, ਪਰ ਉਦੋਂ ਇੱਟਾਂ ਦੀ ਪੱਕੀਆਂ ਦੀ ਕੀਤੀ ਜਿੱਦਾਂ ਦੂਜੇ ਪਾਸੇ, ਦੋ ਇੱਟਾਂ ਦੀ ਉਹਨਾਂ ਪੁੱਟ ਦਿੱਤੀ, ਇਸ ਕਰਕੇ ਫਿਰ ਰਹਿ ਗਿਆ। ਇਹ ਪਿੰਡ ਵਾਲਿਆਂ ਦਾ ਕਹਿਣਾ ਜੀ ਵੀ ਮਿੱਟੀ ਵੀ ਇਹਨਾਂ ਨੇ ਆਪਣੇ ਕੋਲੋਂ ਪਾਈ ਹੋਈ ਆ ਉੱਥੇ। ਦੇਖੋ, ਮਿੱਟੀ ਤਾਂ ਸਭ ਜਗ੍ਹਾ ਪਾਉਣੀ ਪੈਂਦੀ ਲੋਕਾਂ ਨੂੰ, ਜਿਹੜੀ ਵੀ ਗਲੀ 'ਚ ਪਾਉਂਦੀ, ਜਿਹੜੇ ਲੋਕ ਰਹਿੰਦੇ ਉਹ ਗਲੀ 'ਚ ਪਾਉਂਦੇ ਉਹ ਹੀ ਆ, ਪਹਿਲੇ ਵੀ ਪਿੰਡ 'ਚ ਸਾਰੀ ਜਗ੍ਹਾ ਇੱਦਾਂ ਹੀ ਹੋਈ ਆ। ਇੱਕ ਇਹਨਾਂ ਦਾ ਜੀ ਹੋਰ ਸਵਾਲ ਆ ਵੀ ਜਿਹੜੀਆਂ ਪਿੰਡ ਦੀਆਂ ਪਹਿਲਾਂ ਪੱਕੀਆਂ ਗਲੀਆਂ ਬਣੀਆਂ ਹੋਈਆਂ ਸੀ, ਬਿਲਕੁਲ ਸਾਫ਼ ਸੁਥਰੀਆਂ ਸੀ, ਉਹਨਾਂ ਦੇ ਤੁਸੀਂ ਇੰਟਰਲੋਕ ਲਾ ਕੇ ਕਹਿੰਦੇ ਗਲੀਆਂ ਬਣਾ ਤੀਆਂ, ਅਤੇ ਜਿਹੜੀਆਂ ਗਲੀਆਂ ਬਣਾਉਣ ਵਾਲੀਆਂ ਉਹ ਅਜੇ ਰੋਕੀਆਂ ਹੋਈਆਂ ਜੀ। ਇਹ ਵੀ ਗਲੀ ਬਣ ਜਾਣੀ ਜੇ ਮੌਸਮ ਖੁੱਲ੍ਹਾ ਹੋਏ, ਅਤੇ ਹੁਣ ਤੱਕ ਬਣ ਵੀ ਜਾਣੀ ਸੀ, ਮੌਸਮ ਦਾ ਖਰਾਬ ਹੈ, ਉਸ 'ਚ ਤਾਂ ਸਾਡਾ ਕੋਈ ਜ਼ੋਰ ਨਹੀਂ। ਤੁਸੀਂ ਕੀ ਭਰੋਸਾ ਕੀ ਦਵਾਉਣਾ ਚਾਹੁੰਦੇ ਹੋ, ਕਿੰਨੇ ਕੁ ਟਾਈਮ 'ਚ ਇਹਨਾਂ ਦੀ ਗਲੀ ਬਣ ਜਾਏਗੀ? ਮੌਸਮ ਖੁੱਲ੍ਹ ਜੇ, ਮੌਸਮ ਖੁੱਲ੍ਹਣ ਤੋਂ ਬਾਅਦ ਜਿੱਦਾਂ ਰਾਹ ਸੁੱਕ ਗਿਆ ਤਾਂ ਅਸੀਂ ਕੰਮ ਸ਼ੁਰੂ ਕਰ ਦੇਣਾ। BDPO ਮੁਕੇਰੀਆ ਗੁਰਪ੍ਰੀਤ ਕੌਰ ਨੇ ਗ੍ਰਾਂਟਾਂ 'ਚ ਗੜਬੜੀ ਦੇ ਇਲਜ਼ਾਮਾਂ ਦੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਹੈ। ਮੈਮ, ਜਿਹੜੇ ਕੋਟਲੀ ਖਾਸ ਦੇ ਕੁਝ ਆਮ ਲੋਕਾਂ ਵੱਲੋਂ ਵਾਰ ਵਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਵੀ ਕਦੀ ਸਰਪੰਚ ਨੇ ਦਰਖਤ ਨਜਾਇਜ਼ ਉੱਥੇ ਪੁੱਟੇ ਆ ਜੀ, ਅਤੇ ਕਦੀ ਵੀ ਗਲੀਆਂ ਨਾਲੀਆਂ ਦੇ ਉੱਪਰ ਉਹਨਾਂ ਨੇ ਸਰਕਾਰੀ ਗ੍ਰਾਂਟ ਦੀ ਦੁਰਵਰਤੋਂ ਕੀਤੀ ਆ, ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਇਹ ਮੈਂ ਆਪ ਪਹਿਲਾਂ ਕੋਟਲੀ ਖਾਸ ਗ੍ਰਾਮ ਪੰਚਾਇਤ ਵਿੱਚ ਜਾ ਕੇ ਮੌਕਾ ਦੇਖਾਂਗੀ, ਫਿਰ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ। ਠੀਕ ਹੈ ਜੀ। ਅਤੇ ਮੈਮ, ਦਰਖਤਾਂ ਬਾਰੇ ਵੀ ਤੁਹਾਡੀ ਨੌਲੇਜ 'ਚ ਗੱਲ ਹੈਗੀ ਆ, ਅਤੇ ਤੁਹਾਡੇ ਕੋਲ ਫਾਈਲ ਪਈ ਹੋਈ, ਉਸ 'ਤੇ ਕਾਰਵਾਈ ਕਿੱਦਾਂ ਹੋਏਗੀ ਜੀ ਹੁਣ? ਮੁਕੇਰੀਆ ਤੋਂ ਪੰਕਜ ਨਾਂਗਲਾ ਦੇ ਨਾਲ ਨਿਊਜ਼ ਡੈਸਕ ਰਿਪੋਰਟ, ਸਪੋਕਸਮੈਨ ਟੀਵੀ।